ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਦੇਹਰਾਦੂਨ ਇਕੱਠਾ ਹੋਇਆ। ਆਓ ਥੋੜ੍ਹਾ ਜਿਹਾ ਸਮਾਂ ਪਿਤਾ ਜੀ ਦੀ ਗੋਦ ਦੇ ਵਿੱਚ ਹੋਰ ਬੈਠਣ ਦਾ ਯਤਨ ਕਰੀਏ। ਏਡੀ ਤਗੜੀ ਭਾਵਨਾ ਦੇ ਨਾਲ ਗੁਰੂ ਪਿਤਾ ਦੀ ਗੋਦ ਵਿੱਚ ਬੈਠੋ। ਇੱਧਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ, ਏਡੀ ਤਗੜੀ ਭਾਵਨਾ ਬਣ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ ਨੇ। ਫਿਰ ਕੀਰਤਨ ਕਰਨ ਦਾ ਵੀ ਰਸ ਆਏਗਾ, ਕੀਰਤਨ ਸੁਣਨ ਦਾ ਵੀ ਰਸ ਆਏਗਾ। ਕੀਰਤਨ ਦੀ ਪ੍ਰਾਰੰਭਤਾ ਕਰੀਏ। ਉਸ ਤੋਂ ਪਹਿਲਾਂ ਦੋਏ ਕਾ ਜੋੜ ਬੜੇ ਪਿਆਰ ਦੇ ਨਾਲ ਅਸੀਸ ਦੇ ਦਿਓ। ਪਿਤਾ ਜੀ ਮੈਂ ਗਰੀਬ ਨੂੰ ਬੋਲਣ ਦਾ ਬਲ ਦੇਣ, ਜੋ ਮੈਂ ਬੋਲਾਂ ਯਤਨ ਕਰਾਂ ਕਮਾਈ ਕਰਾਂ ਨਾਲ, ਜੋ ਤੁਸੀਂ ਸੁਣੋ ਤੁਹਾਨੂੰ ਸੁਣਨ ਦੇ ਨਾਲ ਨਾਲ ਕਮਾਉਣ ਦਾ ਵੀ ਬਲ ਦੇਣ। ਦੋਵੇਂ ਹੱਥ ਜੋੜ ਕੇ ਇੱਕ ਵਾਰੀ ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦੀ ਪ੍ਰਾਰੰਭਤਾ ਆਓ 5-7 ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜ ਕੇ ਕਰੀਏ। ਕੋਈ ਰਸਨਾ ਮੰਜੀ ਨਾ ਰਹਿ, ਮੈਂ ਸਭ ਨੂੰ ਬੇਨਤੀ ਕਰਦਾ ਸਾਰੇ ਪਿਆਰ ਵਿੱਚ ਕੀਰਤਨ ਕਰਿਓ, ਲਾਇਓ ਹਾਜ਼ਰੀ ਜੀ। ਸਤਨਾਮ ਜੀ ਵਾਹਿਗੁਰੂ 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 ਜੀ ਜਪੋ। ਤੇਰੋ ਨਾਮ ਜੀ
ਨਾਮ ਸਤਨਾਮ ਜੀ ਵਾਹਿ ਗੁਰੂ ਵਾਹਿਗੁਰੂ ਜੀ Guru.
सारे गुरुवाणी सेवक जनमान प्रतख गुरु गुरु निस्सारे गुरु 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 सत नाम सत नाम जी वाहे गुरु वाहे गुरु वाहे गुरु जी जपो सत ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਹੈ ਅੱਜ ਦੇ ਦਿਨ ਪੰਚਮ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਮੇਰੇ ਤੋਂ ਪਹਿਲੇ ਜਿਵੇਂ ਗੁਰਮੁਖ ਪਿਆਰੇ ਦੱਸ ਰਹੇ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਹੁਕਮਨਾਮਾ ਵੀ ਪਹਿਲਾ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਬੜਾ ਵੱਡਾ ਦੇਣ ਹੈ ਇਹ ਮੇਰੀ ਬੇਨਤੀ ਹੈ ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿਹੜੇ ਪਰਿਵਾਰਕ ਮੈਂਬਰ ਰੋਜ਼ ਦੁਪਹਿਰੀ ਜੁੜਦੇ ਹੋ ਜਿਹੜੇ ਰੋਜ਼ ਦੁਪਹਿਰੇ ਤੁਸੀਂ ਪਰਿਵਾਰਕ ਮੈਂਬਰ ਜੁੜਦੇ ਹੋ ਤੁਹਾਨੂੰ ਪਤਾ ਹੈ ਮੈਂ ਕੀਰਤਨ ਦੀ ਸ਼ੁਰੂਆਤ ਵਿੱਚ ਦੋ ਤਿੰਨ ਬੜੀਆਂ ਜ਼ਰੂਰੀ ਜ਼ਰੂਰੀ ਗੱਲਾਂ ਕਰਦਾ ਰੋਜ਼ ਔਰ ਉਹ ਗੱਲਾਂ ਗੁਰਮਤਿ ਆਸ਼ੇ ਦੇ ਅਨੁਸਾਰ ਵੀ ਹੁੰਦੀਆਂ ਨੇ ਔਰ ਤੁਹਾਡੇ ਮਨ ਨੂੰ ਹਲੂਣਾ ਦੇਣ ਵਾਲੀਆਂ ਵੀ ਹੁੰਦੀਆਂ ਨੇ ਅੱਜ ਵੀ ਉਹ ਗੱਲਾਂ ਕਰਨੀਆਂ ਮੈਂ ਯੋਗ ਸਮਝਦਾ ਬਹੁਤ ਦੂਰੋਂ ਸੰਗਤਾਂ ਆਈਆਂ ਨੇ ਔਰ ਬਿਲਕੁਲ ਥੋੜ੍ਹਾ ਜਿਹਾ ਸਮਾਂ ਆਪਣੇ ਕੋਲ ਹੈ ਬਹੁਤਾ ਸਮਾਂ ਨਹੀਂ ਇਹ ਮੇਰੀ ਬੇਨਤੀ ਹੈ ਜਿੱਥੇ ਜਿੱਥੇ ਵੀ ਜਗ੍ਹਾ ਮਿਲੇ ਬਸ ਟਿਕਾਅ ਦੇ ਵਿੱਚ ਬੈਠਣ ਦਾ ਯਤਨ ਕਰੇ ਇਹ ਬੇਨਤੀ ਹੈ ਇਹ ਮੌਕੇ ਵਾਰ ਵਾਰ ਨਹੀਂ ਮਿਲਦੇ ਏਡੀ ਤਗੜੀ ਭਾਵਨਾ ਦੇ ਨਾਲ ਸੰਗਤ ਵਿੱਚ ਬਹਿਣਾ ਕਿ ਆ ਉਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਮੇਰੇ ਉੱਤੇ ਗੁਰੂ ਰਾਮਦਾਸ ਦੀ ਬਖਸ਼ਿਸ਼ ਦਾ ਬੂਹਾ ਖੁੱਲਣਾ ਹੈ ਆਖੋ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਆ ਉਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਮੇਰੇ ਰੁਕੇ ਹੋਏ ਕੰਮ ਵੀ ਚੱਲਣੇ ਨੇ ਆ ਉਹੀ ਘੜੀਆਂ ਨੇ ਮੈਂ ਜਦੋਂ ਮਰਨਾ ਨਾ ਮੈਂ ਦਰਗਾਹ ਵਿੱਚ ਬਾਅਦ 'ਚ ਪਹੁੰਚਣਾ ਇਹ ਘੜੀਆਂ ਨੇ ਦਰਗਾਹ ਵਿੱਚ ਪਹਿਲੇ ਪਹੁੰਚ ਜਾਣਾ ਹੈ ਜੀ ਇਹ ਉਹ ਘੜੀਆਂ ਨੇ ਦਰਗਾਹੀ ਘੜੀਆਂ ਦਰਗਾਹੀ ਘੜੀਆਂ ਪੂਰਾ ਪੂਰਾ ਲਾਹਾ ਲੈਣਾ ਔਰ ਮੇਰੀ ਬੇਨਤੀ ਤੁਸੀਂ ਤਕਰੀਬਨ ਰੋਜ਼ 3 ਤੋਂ 4 ਦੁਪਹਿਰੀ ਕੀਰਤਨ ਸੁਣਨ ਵਾਲੇ ਬੈਠੇ ਹੋ ਜੁੜਦੇ ਹੋ PTC ਸਿਮਰਨ ਦੇ ਰਾਹੀਂ ਰੋਜ਼ਾਨਾ 3 ਤੋਂ 4 ਦੁਪਹਿਰੀ ਅਤੇ ਰਾਤੀ 10 ਤੋਂ 11 ਤਕਰੀਬਨ ਉਹੀ ਪਰਿਵਾਰ ਬੈਠਾ ਹੈ ਅਤੇ ਜੇ ਕੋਈ ਨਹੀਂ ਵੇਖਦਾ ਜ਼ਰੂਰ ਵੇਖਿਆ ਕਰੋ ਦੁਪਹਿਰੀ 3 ਤੋਂ 4 ਔਰ ਰਾਤੀ 10 ਤੋਂ 11 ਮੈਂ ਗੁਰੂ ਪਿਤਾ ਜੀ ਦੀ ਹਜ਼ੂਰੀ 'ਚ ਕਹਿ ਰਿਹਾ ਇਹੋ ਇਹੋ ਜਿਹੇ ਪ੍ਰੇਮੀ ਮੈਨੂੰ ਮਿਲਦੇ ਮੈਂ ਜਿੱਥੇ ਵੀ ਜਾ ਰਿਹਾ ਜੰਮੂ ਗਏ ਹਾਂ ਪਿੱਛੇ ਬਹੁਤ ਨਾ ਕਮਾਂ 1000-1200 ਸਰੀਰ ਮੈਨੂੰ ਮਿਲਣ ਆਇਆ
हर एक दे मुंह ते कोई लफ्ज़ सी जी जदों दा दोपहर दा प्रोग्राम शुरू कीता है महाराज जी दी मेहर दे नाल असी पहले दिन तो जुड़े आ करोना दे विच इन्नी नैगेटिविटी अंदर आ गई सी पर ए समागम ने इन्नी सपोर्ट देती है इन्नी सपोर्ट देती साडी ते जान बची है अज गुरु रामदास दा एडा तरस वरतिया है साडे ते दे कृपा वरती असी कईयां नूं जोड़न वाले बन गए हैं जी। मैं शुकराना करदा फिर सतगुरां दा मैं कह शुकर दत्तिया तू मैं गरीब नूं जरिया बनाया जरिया वड्डा नहीं हुंदा बख्शिश करन वाला वड्डा हुंदा है पर उन्हें जरिया बनाया ये ओहदा शुकराना है। यमुना नगर आए किनियां संगतां मिलियां होई लफस हुण तुहाडे कोल आए कई इहो जिहे मैनूं परिवारक मैंबर बाद चों मिलने ने महाराज जी दी मेहर नाल और फिर एक मन नूं तसल्ली हुंदी सकून मिलदा है शुकर ए दत्तिया तू जखम दे उत्ते मलम लाउण दा काम दास कोलों करवा रहे हैं जी। आखो धन गुरु रामदास जी धन गुरु रामदास जी धन गुरु रामदास जी धन गुरु रामदास जी प्यार नाल सारे आखो ने जी धन बाबा दीप सिंह जी ते जिन्ना समा भी आपां कीर्तन दे मंडल दे विच बहना है ना बस इको बेनती है किसे ने भी हिलजुल नहीं करनी आ 100-150 की 200 की टिकट खर्ची होवे ना मूवी दी रात दा ही भावें शो लिया होवे 10 बजे दा पता है 12:30 बजे खत्म होना है बंदा 10 बजे तो 15-20 मिनट पहले पहुंच जांदा है एक भी मेरा सीन मिस ना हो जाए ते जब तक फिल्म खत्म नहीं ना होंदी उदों तक उठदा नहीं क्यों मैं 200 रुपया खर्चे है वो 200 रुपये खर्चे जेडे असी खर्चे ने ओदी अंदर वैल्यू है ओदी इज्जत है कि मैं हक हलाल दी कमाई दे 200 दिते ने ओदी फिकर है पर आ जेड़ा लखां करोड़ां दे के भी दोबारा समा हाथ नहीं ना आना कई बार इहदी फिकर नहीं आपां रखदे विचों कई उठना शुरू कर देंदे मैनूं पता तू उठिया कोई नहीं मैं एक एग्जाम्पल दे रहे हैं इस समय की कदर करो कदर जे समा सतगुरां ने दिता है ना ਇਹ ਸਮੇਂ ਦੀ ਕਦਰ ਕਰੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹ ਪਤਾ ਨਹੀਂ ਫਿਰ ਕਦੋਂ ਇਹ ਸਮਾਂ ਹੱਥ ਵਿੱਚ ਆਉਣਾ ਕੋਈ ਪਤਾ ਨਹੀਂ ਮੇਰੀ ਬੇਨਤੀ ਆਓ ਇੱਕ ਦੋ ਗੱਲਾਂ ਬੜੀਆਂ ਜ਼ਰੂਰੀ ਉਹ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ ਕਿਸੇ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਮੁਸਕਾਨ ਤੇ ਮਦਦ ਐਸੇ ਦੋ ਇੱਤਰ ਨੇ ਮੁਸਕਾਨ ਚਿਹਰੇ ਦੀ ਮੁਸਕਰਾਹਟ ਕਹਿੰਦੇ ਮੁਸਕਾਨ ਤੇ ਮਦਦ ਜਿਹੜੀ ਮਦਦ ਤੂੰ ਕਰਦਾ ਕਿਤੇ ਲੋੜਵੰਦਾਂ ਦੀ ਹੈਲਪ ਕਰਦਾ ਜੀ ਕਿਤੇ ਤੂੰ ਟੁੱਟੇ ਹੋਏ ਮਨਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰਨਾ ਇਹ ਵੀ ਮਦਦ ਹੀ ਹੈ ਕਿਤੇ ਤੂੰ ਲੋੜਵੰਦ ਬੱਚੀ ਦੀ ਸ਼ਾਦੀ ਕਰਵਾ ਰਿਹਾ ਕਿਤੇ ਲੋੜਵੰਦ ਬੱਚੇ ਦੀ ਫੀਸ ਸਕੂਲ ਵਿੱਚ ਦੇ ਰਹੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਹੈ ਸੁਣਿਓ ਧਿਆਨ ਨਾਲ ਇਹ ਬੜੇ ਪਿਆਰੇ ਬੋਲ ਨੇ ਕਹਿੰਦੇ ਮੁਸਕਾਨ ਤੇ ਮਦਦ ਦੋ ਐਸੇ ਇੱਤਰ ਨੇ ਜਿਨ੍ਹਾਂ ਨੂੰ ਜਿੰਨਾ ਤੁਸੀਂ ਵੰਡੋਗੇ ਨਾ ਓਨੇ ਹੀ ਇਹ ਦੋਵੇਂ ਤੁਹਾਨੂੰ ਸੁਗੰਧਿਤ ਕਰਦੇ ਜਾਣਗੇ ਇਹਨਾਂ ਨੂੰ ਜਿੰਨਾ ਤੁਸੀਂ ਵੰਡੋਗੇ ਨਾ ਓਨਾ ਹੀ ਤੁਹਾਨੂੰ ਸੁਗੰਧ ਮਿਲੇਗੀ ਚਿਹਰੇ ਤੇ ਮੁਸਕਰਾਹਟ ਰੱਖੀਏ ਸਿੱਖ ਦਾ ਚਿਹਰਾ ਹਸੂ ਹਸੂ ਕਰਦਾ ਹੋਵੇ ਹਸੂ ਹਸੂ ਕਰਦਾ ਮਾਂ ਸਾਹਿਬ ਕੌਰ ਜੀ ਦਾ ਜੀਵਨ ਪੜੋ ਮਾਂ ਸਾਹਿਬ ਕੌਰ ਜੀ ਦਾ ਚਿਹਰਾ ਨਾ ਹਰ ਵੇਲੇ ਖਿੜਿਆ ਰਹਿੰਦਾ ਸੀ ਤੇ ਜਿਹੜਾ ਮਾਤਾ ਜੀ ਦੇ ਚਿਹਰੇ ਵੱਲ ਤੱਕ ਲੈਂਦਾ ਸੀ ਨਾ ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਉਹ ਵੀ ਆਪਣੇ ਦੁੱਖ ਭੁੱਲ ਜਾਂਦਾ ਸੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਰ ਵੇਲੇ ਤੇਰੇ ਮੱਥੇ ਤੇ ਤਿਉੜੀਆਂ ਨਾ ਪਈਆਂ ਹੋਣ ਤੇਰਾ ਚਿਹਰਾ ਹਸੂ ਹਸੂ ਕਰਦਾ ਹੋਵੇ ਮੁਸਕਰਾਹਟ ਜਿੰਨੀ ਇਹ ਵੰਡੋਗੇ ਨਾ ਓਨੀ ਤੁਹਾਨੂੰ ਵਾਪਸ ਮਿਲੇਗੀ ਮਦਦ ਜਿੰਨੀ ਕਰੋਗੇ ਨਾ ਮੈਂ ਕਹਿੰਦਾ ਲੋਕ ਭਾਵੇਂ ਉਹ ਤੁਹਾਡੀ ਕੀਤੀ ਮਦਦ ਦੀ ਬੁਕਤ ਪਾਉਣ ਨਾ ਪਾਉਣ ਪਰ ਉਹਦੇ ਚਰਨਾਂ ਦੇ ਵਿੱਚ ਤੁਹਾਡੀ ਕੀਤੀ ਹੋਈ ਮਦਦ ਲਿਖੀ ਜਾਂਦੀ ਹੈ ਤੇ ਕਈ ਕਰੋੜਾਂ ਗੁਣਾ ਵਧਾ ਕੇ ਉਹ ਬਖਸ਼ਿਸ਼ ਦਾ ਖਾਤਾ ਖੋਲ ਹੀ ਦਿੰਦਾ ਅੱਜ ਨਹੀਂ ਤੇ ਕੱਲ ਉਹ ਵੇਖ ਰਿਹਾ ਸਭ ਕੁਝ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕੈਮ ਬੈਠੇ ਹੋ ਕੈਮ ਬੈਠੇ ਹੋ ਹੈ ਇੱਕ ਜਕਾਰਾ ਲਾਓ ਫਿਰ ਗੱਜ ਕੇ ਸਤਿ ਸ੍ਰੀ ਅਕਾਲ ਇਹ ਮੇਰੀ ਬੇਨਤੀ ਆ ਕਾਇਮ ਹੋ ਕੇ ਚੁਸਤ ਹੋ ਕੇ ਬੈਠੋ ਢਿੱਲੇ ਨਹੀਂ ਪੈਣਾ ਕਿਸੇ ਨੇ ਮੁਸਕਾਨ ਤੇ ਮਦਦ ਦੋ ਇਹੋ ਜਿਹੇ ਇੱਤਰ ਨੇ ਜਿੰਨਾ ਤੁਸੀਂ ਇਹ ਦੂਜਿਆਂ ਨੂੰ ਵੰਡੋਗੇ ਨਾ ਓਨਾ ਹੀ ਇਹ ਤੁਹਾਨੂੰ ਸੁਗੰਧਿਤ ਕਰਦੇ ਜਾਣਗੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ
एक बारी अपना जेड़ा रोज नारा दोहराने एक बारी दोहरा लो, फिर उस तों बाद एक गल कह के शब्द पढ़ने आपां। सारे आखो आप सवरो, परिवार सवारो, समाज आपे ही सवर जाएगा। हाँ, समाज आपे ही सवर जाएगा। पहले भी एक बारी मैं फतेह बुलाती है ते एक बारी सारे हुण, क्योंकि परिवारक मैंबर बैठे हैं ना, मैनू चाह चढ़ रहा तुहाडे वल वेख के। मैनू पता प्यार वाले परिवारक मैंबर इहो जिहे ने जिन्हां नू चाह चढ़ रहा साडे वल वेख के। इह कनैक्शन है ना प्यार वाला, इह वाइब्रेशन है। तुहाडी पॉजिटिविटी जदों मेरे वल आउंदी उह मेरे कोलों बोल बुलवाउंदी है, मेरी पॉजिटिविटी जदों तुहाडे वल जांदी है तुहानूं होर जुड़न विच उह सहायता करदी है। आओ सारे परिवारक मेंबर एक बारी फिर गज के फतेह बुलाओ, आखो वाहेगुरु जी का खालसा वाहेगुरु जी की फतेह। गुरु नानक साहब सच्चे पातशाह जी ने अपनी प्रचार फेरी शुरू की गा के। पिता जी ने गाया है जी, जदों मरदाने नूं कहिंदे सी ना, मरदाने आ शेर रबाब बाणी आई है, ते महाराज बाणी गाउंदे सी। सुणियो ध्यान नाल, गुरु पिता नानक जी ने अपनी प्रचार फेरी शुरू की गा के कीर्तन करके। जिन्नू भी समझाया ते प्यारे ओ गा के समझाया, ते गाउण दा ढंग गाउण दी शैली एहो जी सी, गाया होया शब्द सामने वाले नू इन्ना मुतासिर कर देंदा सी कि सामने वाला एटोमैटिक झुक जांदा सी। आखो वाहिगुरु जी, वाहिगुरु जी। गुरु नानक जी ने गाया, गुरु नानक जी ने गाया, उची बोलो की कीता गुरु नानक जी ने गाया, ते सामने वाला फिर इन्ना मुतासिर हो जांदा सी कि वो झुक जांदा सी। इदां गाउंदा सी मेरा बाबा। ते हुण जदों समा आया गुरु अर्जन दे पातशाह जी दा, ते महाराज ने सोचिया हरेक दे बस दी गल नहीं कीर्तन करना, उदा जी हरेक दी पहुंच दे विच नहीं कीर्तन। ते महाराज गुरु अर्जन देव जी ने ना कथा दी परंपरा शुरू कर दिती। गुरु अर्जन देव पातशाह जी ने, गुरु नानक जी ने गाया, गुरु अर्जन देव पातशाह जी ने कथा दी परंपरा शुरू कीती। ते प्यारे ओ ए मेरी बेनती, गुरु अर्जन देव पातशाह पहले आप कथा करदे सी, फिर भाई गुरदास जी ने कथा दी प्रारंभता करती। ते ए दसो सानू माण नहीं, एक प्यार वाला माण है। गुरु नानक जी ने गाया, गुरु अर्जन देव पातशाह जी ने कथा दी परंपरा शुरू कीती। ते पिता जी दा ए तरस ना आखां ते होर की आखां, जिन्ने असी परिवारक मैंबर रोज जुड़दे आ ना तीन तो चार दुपहरी, वो कथा नाल भी जुड़दे आ ते कीर्तन नाल भी जुड़दे आ। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ना जी धन बाबा दीप सिंह। ते फिर छेवें पातशाह जी कथा भी करदे सी, ते ढाडी वारां दी भी प्रारंभता कीती महाराज जीआं ने, एक होर रंग भरता इस सिखी दे गुलदस्ते दे विच। ते आओ जो गुरु नानक गुरु अर्जन देव पातशाह जी ने कीर्तन दी कथा दी परंपरा आरंभ कीती है ना, ਉਹਨੂੰ ਮੁੱਖ ਰੱਖ ਕੇ ਪਹਿਲੇ ਸ਼ਬਦ ਪੜ੍ਹੀਏ, ਅਤੇ ਫਿਰ ਥੋੜ੍ਹੀਆਂ ਜਿਹੀਆਂ ਵਿਚਾਰਾਂ ਮੈਂ ਕਰਨੀਆਂ ਅੱਜ ਦੇ ਦਿਨ ਬਾਰੇ। ਮੈਂ ਵਿੱਚੋਂ ਵਿੱਚ ਪੁੱਛੀ ਜਾਣਾ ਤੁਹਾਡੇ ਕੋਲੋਂ ਕਾਇਮ ਹੋ, ਜਦੋਂ ਕਾਇਮ ਕਵਾਂ ਤਾਂ ਜੇ ਕਾਇਮ ਹੋ ਤਾਂ ਜਕਾਰਾ ਲਾ ਦਿਆ ਕਰੋ, ਬਿਲਕੁਲ ਕਾਇਮ ਬੈਠੇ ਹੋ, ਕਾਇਮ ਬੈਠੇ ਹੋ। ਹਾਂ ਸਤਿ ਸ੍ਰੀ ਅਕਾਲ। ਸ਼ਬਦ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 749 ਨੰਬਰ ਅੰਗ ਦੇ ਉੱਤੇ ਦਰਜ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਸਾਰੀ ਸੰਗਤ ਪਿਆਰ 'ਚ ਗਾਇਓ ਮੇਰੇ ਨਾਲ, ਅਤੇ ਇੱਕ ਪ੍ਰੋਮਿਸ ਕਰ ਦਿਓ ਮੇਰੇ ਨਾਲ ਪੱਕਾ, ਉਦਾਂ ਦੇ ਜਿਹੜੇ ਰੋਜ਼ ਸੁਣਦੇ ਹੋ ਅਤੇ ਕਹਿ ਲਓ ਕਿ ਭੁੱਖੇ ਬੈਠੇ ਨੇ ਕੀਰਤਨ ਦੇ, ਕੀਰਤਨ ਦੀ ਭੁੱਖ ਲੱਗੀ ਹੋਈ ਹੈ ਪੂਰੀ, ਉਹਦੇ ਪਿਆਰ ਵਾਲੇ ਸਜੇ ਹੀ ਨੇ, ਉਹਨਾਂ ਨੇ ਜਾਣਾ ਨਹੀਂ ਭਾਵੇਂ ਜਿੰਨਾ ਮਰਜ਼ੀ ਸਮਾਂ ਹੋ ਜਾਵੇ। ਮੈਨੂੰ ਪਤਾ ਰਹਿਣ ਸਿਪਾਹੀਆਂ ਹੁੰਦੀਆਂ ਨੇ ਅੰਮ੍ਰਿਤਸਰ ਇੱਕ ਮਹੀਨਾ ਛੱਡ ਕੇ, ਔਰ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦੇ ਹਾਂ, 9 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ, 7 ਵਜੇ ਸੰਗਤ ਪੰਡਾਲ ਵਿੱਚ ਸੱਜ ਜਾਂਦੀ, 7 ਵਜੇ ਇੱਕ ਇੱਕ ਲਫ਼ਜ਼ ਬਾਪੂ ਦੀ ਗੋਦ 'ਚ ਬੈਠਾ ਕਹਿੰਦੇ ਹਾਂ, ਅਤੇ ਜਦ ਤੱਕ ਪੂਰੀ ਸਮਾਪਤੀ ਨਾ ਹੋਵੇ, ਧੱਕੇ ਨਾਲ ਮੈਨੂੰ ਅੰਮ੍ਰਿਤ ਵੇਲੇ 4 ਵਜੇ ਸਮਾਪਤੀ ਕਰਨੀ ਪੈਂਦੀ, ਤਾਂ ਵੀ ਉੱਠਣ ਲਈ ਕੋਈ ਤਿਆਰ ਨਹੀਂ ਹੁੰਦਾ, ਇੰਨੀ ਭੁੱਖ ਲੱਗਦੀ ਹੈ ਕੀਰਤਨ ਦੀ, ਅੰਦਰਲੀ ਖੁਰਾਕ ਦੀ।
ते आ देहरादून वालेओ अज ये जड़ी भुख है ना ये बापू जी नू कहो सानू भी अंदरों लगे जेडे ते प्यार वाले ने सुनन वाले उन्होंने कोई फर्क नहीं पैना जिन्ना मर्जी समा हो जाए पर जे कोई मेरे वर्गा बैठा होवे थोड़ा ढिला मिठा पक्का प्रोमिस कर दे जद तक हुक्मनामा नहीं ना होना आप एक भी प्रेमी ने उठना नहीं दोवें बावां तां करके पक्का प्रोमिस कर दे दोवें बावां तां करो सारे हाँ सत श्री अकाल कई ने विच इदा कीतियां इहदा की मतलब आनंद साहब वेले भजना इदा ना करो मैं हुणे गल सुनाई 200 रुपए की टिकट की वैल्यू होंदी सानू इत्थे जिहड़ा लखां करोड़ां रुपये दे के भी समा दुबारा नहीं ना मिलना इहदी वैल्यू कईआं नूं घट हुंदी इह पता उदों लगदा जदों समें बीत जांदे ने आखो धन गुरु रामदास जी धन गुरु रामदास जी और सच्ची गल कर रहे हां मैनूं अपने बापू ते भरोसा बड़ा है गुरु रामदास बाबा दीप सिंह दे उत्ते भरोसा बड़ा है देखो आ देहरादून इन्हां ने प्रोग्राम रखिया गुरमुखां ने साडे गुलशन वीर जी ਵਿਚੋਲੇ ਬਣੇ ਤੁਹਾਡੇ ਦਰਸ਼ਨ ਕਰਾਉਣ ਚ ਟੋਨੀ ਵੀਰ ਜੀ ਹੁਣ ਸੁਣਿਓ ਧਿਆਨ ਨਾਲ ਗੁਲਸ਼ਨ ਸਿੰਘ ਜੀ ਨਾ ਹੈ ਨਾ ਤੇ ਇਹ ਵਿਚੋਲੇ ਬਣੇ ਮੈਸੇਜ ਵੀ ਕਈਆਂ ਨੂੰ ਗਿਆ ਬੋਰਡ ਵੀ ਲੱਗੇ ਹੋਣਗੇ ਪਰ ਜਿੰਨਿਆਂ ਨੇ ਵੇਖਿਆ ਸਾਰੇ ਨਹੀਂ ਆਏ ਕਈਆਂ ਨੇ ਵੇਖ ਕੇ ਇਗਨੋਰ ਕਰਤਾ ਹੋਏਗਾ ਬੜੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਇੱਥੇ ਤੇ ਮੈਨੂੰ ਏਦਾਂ ਲੱਗਦਾ ਇੱਥੇ ਤੇ ਆਇਆ ਉਹ ਹੀ ਏ ਜਿਹਨੂੰ ਗੁਰੂ ਰਾਮਦਾਸ ਜੀ ਨੇ ਆਪ ਆਵਾਜ਼ ਮਾਰ ਕੇ ਬੁਲਾਇਆ ਹੈ ਹੁਣ ਤੁਸੀਂ ਸਿਆਣੇ ਹੋ ਤੁਹਾਨੂੰ ਕਿਸੇ ਨੇ ਆਪਣੇ ਘਰ ਬੁਲਾਇਆ ਹੋਵੇ ਇਨਵਾਈਟ ਕੀਤਾ ਹੋਵੇ ਸਪੈਸ਼ਲੀ ਤੌਰ ਤੇ ਜਦੋਂ ਤੁਹਾਨੂੰ ਉਹ ਤੋਰਦਾ ਨਾ ਖਾਲੀ ਥੋੜੀ ਤੋਰਦਾ ਆਪਣੀ ਬਿੱਤ ਮੁਤਾਬਕ ਕੋਈ ਬੱਚਿਆਂ ਦੇ ਕੱਪੜੇ ਦੇ ਦਿੰਦਾ ਕੋਈ 2100 3100 21000 ਜਿੰਨੀ ਉਹਦੀ ਬਿੱਤ ਕਈ ਵਾਰੀ ਸਗਨ ਦੇ ਦਿੰਦਾ ਕਿ ਬਈ ਮੈਂ ਇਹਨੂੰ ਬੁਲਾਇਆ ਸੀ ਹੁਣ ਤੋਰਨਾ ਖਾਲੀ ਹੱਥ ਨਹੀਂ ਤੋਰਨਾ ਕੁਝ ਨਾ ਕੁਝ ਦੇ ਕੇ ਤੋਰਨਾ ਤੇ ਹੁਣ ਪਿਆਰੇ ਉਹ ਬੁਲਾਇਆ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਜੀ ਨੇ ਤੇ ਜਦੋਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਨੂੰ ਤੋਰਨਾ ਨਾ ਸੱਚੀ ਕਹਿ ਰਹੇ ਹਾਂ ਖਾਲੀ ਨਹੀਂ ਜੇ ਤੋਰਨਾ ਜਦੋਂ ਹੁਕਮਨਾਮਾ ਸੁਣ ਕੇ ਤੁਸੀਂ ਜਾਓਗੇ ਨਾ ਆਪਣੇ ਘਰਾਂ 'ਚ ਉਹ ਕੋਈ ਨਾ ਕੋਈ ਬਖਸ਼ਿਸ਼ ਦਾ ਖਾਤਾ ਗੁਰੂ ਰਾਮਦਾਸ ਨੇ ਸਾਡੀ ਝੋਲੀ 'ਚ ਖੋਲ ਕੇ ਹੀ ਸਾਨੂੰ ਤੋਰਨਾ ਬੋਲੇ ਸੋਨਿਹਾਲ ਇਸ ਕਰਕੇ ਕਹਿ ਰਹੇ ਹਾਂ ਇਹਦੇ 'ਚ ਮੇਰਾ ਕੋਈ ਨਿੱਜੀ ਲਾਲਚ ਨਹੀਂ ਇਹ ਬਸ ਗੁਰੂ ਦੀ ਖੁਸ਼ੀ ਲੈਣੀ ਹੈ ਇਹਦੇ 'ਚ ਮੇਰਾ ਕੋਈ ਆਪਣਾ ਲਾਲਚ ਨਹੀਂ ਇੱਕੋ ਬੇਨਤੀ ਕਰਦਾ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦੇਣ ਹੈ ਨਾ ਉਹਨਾਂ ਦੇ ਸਤਿਕਾਰ ਨੂੰ ਮੁੱਖ ਰੱਖਣਾ ਦੋਵੇਂ ਹੱਥ ਖੜੇ ਕਰਕੇ ਪੱਕਾ ਪ੍ਰੋਮਿਸ ਕਰੋ ਹੁਕਮਨਾਮੇ ਤੋਂ ਪਹਿਲੇ ਇੱਕ ਜਾਣਾ ਵੀ ਨਹੀਂ ਖਿਲੇਗਾ ਕਰੋ ਪਿਆਰ ਨਾਲ ਬਾਵਾਂ ਤਾਂ ਹੁਣ ਲਾਓ ਜਕਾਰਾ ਹਾਂ ਸਤਿ ਸ੍ਰੀ ਅਕਾਲ ਗੁਰੂ ਮੇਹਰ ਕਰੇ ਬਖਸ਼ਿਸ਼ ਕਰੇ ਆਹੀ ਚੀਜ਼ ਮੈਂ ਤੁਹਾਡੇ ਕੋਲੋਂ ਮੰਗਦਾ ਸਾਰਾ ਦਿਨ ਦਾ ਸਫ਼ਰ ਕਰਕੇ ਆਏ ਕੱਲ੍ਹ ਚੁਪਹਿਰਾ ਹੁੰਦਾ ਹੈ ਰਾਮ ਤੀਰਥ ਰੋਡ 'ਤੇ 27 ਤਰੀਕ ਦਾ ਚੁਪਹਿਰਾ ਅਟੈਂਡ ਕੀਤਾ ਰਾਤੀਂ ਫਰੀਦਕੋਟ ਦਿਵਾਨ ਸੀ ਤਕਰੀਬਨ 12:30 ਉੱਥੇ ਪਹੁੰਚੇ ਸਵੇਰੇ ਅੰਮ੍ਰਿਤਸਰ ਦੇ ਰੁਝੇਵੇਂ 11 ਵਜੇ 11:30 ਚੱਲੇ ਸਿੱਧਾ ਇੱਥੇ ਆ ਗਏ ਹਾਂ ਇੱਥੋਂ ਸਿੱਧਾ ਅੰਮ੍ਰਿਤਸਰ ਸਾਹਿਬ ਜਾਣਾ ਕੱਲ੍ਹ ਦੇ ਅੰਮ੍ਰਿਤਸਰ ਸਾਰੇ ਰੁਝੇਵੇਂ ਨੇ ਪਰਸੋਂ ਫਿਰ ਦਿੱਲੀ ਜਾਣਾ ਇੱਦਾਂ ਕਦੀ ਕਿਤੇ ਹੁਣ ਸਾਰਾ ਕੁਝ ਤੁਹਾਡੀਆਂ ਸੀਸਾਂ ਵਰਤ ਰਹੀਆਂ ਨੇ ਤੁਹਾਡੇ ਕਰਕੇ ਮੈਂ ਆਇਆ ਅਤੇ ਤੁਸੀਂ ਪਿਆਰ ਦਾ ਇਸੇ ਤਰ੍ਹਾਂ ਸਬੂਤ ਦੇਣਾ ਗੁਰੂ ਕਿਰਪਾ ਕਰੇ ਆਓ ਸ਼ਬਦ ਪੜ੍ਹੀਏ ਕੋਈ ਰਸਨਾ ਮੰਜੀ ਨਾ ਰਹੇ ਬੜਾ ਆਸਾਨ ਸ਼ਬਦ ਹੈ ਜਿਨ੍ਹਾਂ ਨੂੰ ਕੰਠ ਪੜ੍ਹਿਓ ਨਾਲ ਨਾਲ ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਮੋਬਾਈਲਾਂ 'ਚ ਸ਼ਬਦ ਭਾਵੇਂ ਕੱਢ ਲਓ ਉਦਾਂ ਮੋਬਾਈਲ ਕਰਨੇ ਸੁਣਨੇ ਨਹੀਂ ਪਰ ਸ਼ਬਦ ਕੱਢਣ ਵਾਸਤੇ ਜੇ ਸਹਾਰਾ ਲੈ ਸਕੋ ਲੈ ਸਕਦੇ ਹੋ ਪਿੱਛੇ ਪ੍ਰੇਮੀ ਖੜ੍ਹੇ ਵੀ ਨੇ ਥੋੜ੍ਹਾ ਥੋੜ੍ਹਾ ਅੱਗੇ ਅੱਗੇ ਹੋ ਜਾਓ ਤੁਸੀਂ ਥੋੜ੍ਹਾ ਥੋੜ੍ਹਾ ਗਾਂਹ ਗਾਂਹ ਹੋ ਜਾਓ ਪਿਛਲੀਆਂ ਸੰਗਤਾਂ ਬਹਿ ਸਕਦੀਆਂ ਨੇ ਇੱਥੇ ਅੰਦਰ ਹਾਲ 'ਚ ਬਹਿਣ ਦੀ ਜਗ੍ਹਾ ਨੇ ਤੁਸੀਂ ਸਾਰੇ ਬਹਿ ਸਕਦੇ ਹੋ ਥੋੜ੍ਹਾ ਥੋੜ੍ਹਾ ਗਾਂਹ ਗਾਂਹ ਹੋ ਜਾਓ ਹੋਰ ਇਧਰੋਂ ਭੈਣੋ ਥੋੜ੍ਹਾ ਥੋੜ੍ਹਾ ਗੋਡਾ ਠਾਓ ਅਤੇ ਸੰਗਤ ਨੂੰ ਬਾਲੋ ਆਓ ਜੀ ਬੜੇ ਪਿਆਰ 'ਚ ਸਾਰੇ ਹਾਜ਼ਰੀ ਲਾਇਓ ਜੀ ਸੋਹਣੇ ਸੋਹਣੇ ਜੀਵਾਂ ਤੇਰੀ ਬਾਣੀ ਸੋਹਣੇ ਸੋਹਣੇ ਜੀਵਾਂ ਤੇਰੀ ਬਾਣੀ ਬੋਲੋ ਸੋਹਣੇ ਸੋਹਣੇ ਜੀਵਾਂ ਤੇਰੀ ਬਾਣੀ ਸੋਹਣੇ ਸੋਹਣੇ ਜੀਵਾਂ ਤੇਰੀ ਬਾਣੀ ਬੋਲੋ ਸੋਹਣੇ ਸੋਹਣੇ ਜੀਵਾਂ ਤੇਰੀ ਬਾਣੀ ਸੋਹਣੇ ਸੋਹਣੇ ਜੀਵਾਂ ਤੇਰੀ ਬਾਣੀ ਅਰਦਾਸ
सुन जी मां तेरी बाणी बोलो सुन सुन जी मां तेरी बाणी सुन सुन जी मां तेरी सारे आख धन बाबा धन बाबा
वचन हृदय और तारी ता कृपा ते संग पाई ता कृपा ते संग पाई सोने सोने जीव तेरी वाणी अरे सोने सोने जीव तेरी धन गुरु ग्रंथ साहिब महाराज सोने सोने जीव तेरी वाणी बाबा सोने सोने जीव तेरी वाणी गुरु रामदास जी गुरु रामदास जी अंतर की गत तुद पैसारी तुद जे वट अवर न कोई श्री गुरु ग्रंथ साहिब जी तन तन 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 श्री गुरु ग्रंथ साहिब जी सुने सिद्ध पीर सुरनाथ आ पानी सुनन दा वेखो लाभ सुने तरत तमल आकाश सुने दीप लो पताल सुने पोहे न सके काल नानक भगता सदा विगास बोलो नानक भगता सारे नानक भगता गज के नानक भगता सोने दुख पाप काला सोने दुख पाप काला सोने ईसर बर्मा इंद सोने मुख सलावण मंद सोने जोग जुगत तन पे सोने
शास्त सिमरत वेद नानक भगता सदा विकास सोने दुख पाप का बोलो सोने दुख पाप का सारे सोने दुख पाप का सोने सत संतोख गया सोने अठ सठ का इशनान सोने पढ़ पढ़ पावे मान सोने लागे सहज त्यान नानक भगता सदा विकास सोने दुख पाप का नाश सोने सारा गुणा के गा सोने सेख पीर पातशाह सोने अंधे पावे राह सोने आठ होवे असगाह नानक भगता सदा विकास सोने दुख पाप का नाश सोने सोने बोलो सोने सोने पिता जी सोने सोने जी मां तेरी वाणी सोने सोने जी मां तेरी वाणी तेरी वाणी अमृत वाणी हर हर तेरी अमृत वाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो बोलो सुन सुन जीवा तेरी वाणी सर बोलो जी सुन सुन जीवा तेरी वाणी सुन सुन जीवा तेरी वाणी सुन सुन जीवा तेरी मोट मजन जाके सुन नाम एक एक पंक्ति वाल गौर करो कोट मजन जाके सुन नाम कोट पूजा जाके है ध्यान कोट पुन सुन हर की बाणी करोड़ा पुन एक तकड़ी दे शाबे चे ते महाराज कहिंदे दूजा कम तो बाणी नू प्यार नाल सुनन वाला कर ले करोड़ा पुन ते एक पासे गुरबाणी नू श्रद्धा नाल सुन कहिंदे भार बरबर आखो वाहिगुरु जी ये कोई छोटा कम नहीं हो रहा आ जिहड़ा गुरु पिता जी दी गोद विच बैठे आ ना कीर्तन कर रहे हैं कीर्तन सुन रहे महाराज कहिंदे करोड़ा पुन एक पासे ते दूजे पासे बाणी नू तू प्यार नाल सुन ले भार बरबर कोट पुन सुन हर की बाणी बोलो कोट पुन सुन हर की बाणी कोट फला गुरते बिद जाने सुन सुन जीवा तेरी वाणी 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 वाहेगुरु 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 सारे वाहेगुरु 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 देहरादून वाले हो
शर्म न करो। वाहगुरु 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 गज के वाहगुरु 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 थोड़ी बात वाहिगुरु जी का खालसा वाहिगुरु जी की फतेह। धन गुरु रामदास जी, धन बाबा दीप सिंह जी, सत्संग जी, आप जी के चरणों में बेनती, जदों भी अमृतसर साहब आओ, जिन्नी वारी भी आओ, तीन चार घंटे का समा वध कट के आया करो, अपन अखां नाल आ के वेखो तुहाडा दित्ता होया कणका कणका, तुहाडा दित्ता होया दसवंध लग किथे किथे रहा। मैनू पक्का विश्वास है जदों आओगे ना राम तीर्थ रोड से, जो तुहाडा दाता बंदी छोड़ पब्लिक स्कूल बनया, जदों आके टकोगे उस स्कूल विच ग्रंथी सिंघां दे बच्चे, विधवा बीबियां दे बच्चे, और जिन्हां दीआं तीन बेटियां ने उन्हां नूं बिल्कुल फ्री सिक्ख्या दित्ती जा रही, तुहाडे मन नूं शांति मिलेगी, तुहानूं सुकून मिलेगा। शुकर है दातिया, और बच्चियां दी पढ़ाई दे लई साडा दसवंध लग रहा है, जिन्हां दे घर रोजी रोटी का इन्ना लंबा चौड़ा साधन नहीं, और मन की इन्नी रीझ इस स्कूल दे विच, जिथे बच्चे दुनियावी पढ़ाई करन आके कदी तकियो, छोटे छोटे बच्चे प्ले पैन दे बच्चे भी अरदास करदे ने, छोटे छोटे बच्चे अपने उम्र के मुताबिक उन्होंने सिलेबस दिता गया, बकायदा साडियां जो सिलेबस दियां धार्मिक पुस्तकां लगाई गई ने, और मन की रीझ जिथे इस स्कूल विच पढ़ रहा विद्यार्थी, दसवीं क्लास का विद्यार्थी अमेरिका की अंबैसी दे विच इंग्लिश दे विच इंटरव्यू देवे, उत्थे मन की भावना है दसवीं क्लास का जिहड़ा विद्यार्थी उन्हूं अमृत वेले दीआं पंज बाणियां, रहिरा साहिब जी की बाणी, कीर्तन सोहले की बाणी, ये सारियां बाणियां उन्हां नूं कंठ हो जाण, आके कदी तको मन नूं बड़ी शांति मिलेगी। आके वेखो जदों तुसीं आके तकोगे ना, मैनूं विश्वास है तुहानू
इनी शांति मिलेगी। तुसी अरदास करोगे कि दत्तया शुकर है शुकर है शुकर है, ए तू साडा दत्ता होया दसवंद सही टिकाने ते लवा रहे हैं। इस जगह दे उते जो बाबा दीप सिंह हेल्थ केयर चैरिटेबल हस्पताल बने हैं, जिस हस्पताल दे विच 20 रुपया दी पर्ची च 2 दिन दी दवाई दित्ती जांदी, जड़ी दवाई मान लो बाजारों 100 दी मिलनी है 30 दी दित्ती जांदी, डिजिटल एक्सरे 113 रुपए च नाल प्यारे ओ लैबोरेटरी दे जिन्ने टेस्ट ने ओ लागत मुल नाल हुंदे ने, ते जेड़ा अपने मुंह कह देवे मैं दे नहीं सकदा ओदे लई इत्थे इलाज बिल्कुल फ्री है। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦੱਤਿਆ ਸ਼ੁਕਰ ਹੈ ਸਾਡਾ ਦਸਮੰਦ ਲੋੜਮੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ, ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਹੈ, ਦਾਲ ਬਣਦੀ ਹੈ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ, ਔਰ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤ ਦਾ ਪ੍ਰਸਾਰ ਹੋਰ ਵਧੇ, ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ ਦਾਤਿਆ, ਸਾਡੇ ਦਿੱਤੇ ਹੋਏ ਦਸਵੰਦ ਦੇ ਨਾਲ ਕਿਵੇਂ ਇਹ ਬੱਚੇ ਗੁਰਮਤ ਦੀ ਪੜ੍ਹਾਈ, ਗੁਰਮਤ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ, ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ ਉਹ ਹਸਪਤਾਲ ਬਣਨਾ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ, ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ, ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਹੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ, 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ, ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ, ਅਤੇ ਸਤਿਗੁਰਾਂ ਨੇ ਕਿਰਪਾ ਕੀਤੀ, ਅੱਡਾ ਗੋਪਾਲਪੁਰਾ ਬਟਾਲਾ ਰੋਡ ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਯੂਨਿਟ ਨੰਬਰ 3, ਜਿਸ ਜਗ੍ਹਾ 'ਤੇ ਸਕੂਲ ਬਣਨਾ, ਹਸਪਤਾਲ ਬਣਨਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਅਤੇ ਹੋਰ ਬੇਅੰਤ ਕਾਰਜ, 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਹਾਂ, ਐਜੂਕੇਸ਼ਨ ਨੂੰ ਅਤੇ ਹੈਲਥ ਨੂੰ, ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ, 2500 ਰੁਪਇਆ ਇੱਕ ਗਜ ਦੀ ਸੇਵਾ ਰੱਖੀ, ਇੱਕ ਇੱਕ 2-2, 5-5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ, ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰੱਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀ ਵੀ ਸਕਰੀਨ 'ਤੇ ਆ ਰਹੇ ਨੇ, ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ ਟਰੱਸਟ ਦੇ ਅਕਾਊਂਟ ਵੀ ਤੁਹਾਡੇ ਟੀ ਵੀ ਸਕਰੀਨ 'ਤੇ ਆ ਰਹੇ ਨੇ, ਸਕਰੀਨਸ਼ੋਟ ਲੈ ਲਓ।
ਤੇ ਇਹ ਮੇਰੀ ਬੇਨਤੀ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ ਪਰ ਮੈਨੂੰ ਇੰਨਾ ਵਿਸ਼ਵਾਸ ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ ਇਹ ਮੇਰੀ ਬੇਨਤੀ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ ਗੂਗਲ ਪੇ ਫੋਨ ਪੇ ਵੀ ਕਰ ਸਕਦੇ ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ ਆਪ ਜੀ ਨੰਬਰ ਨੋਟ ਕਰਕੇ ਸਾਡਾ ਫੋਨ ਜਾਵੇ ਨਾ ਜਾਵੇ ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਸੰਗ ਜੀ ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ ਪ੍ਰਚਾਰ ਹਿੱਤ ਉਸ ਕਿਤਾਬ ਨੂੰ ਵੰਡਿਆ ਵੀ ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ ਤੁਹਾਨੂੰ ਇੱਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ ਕੀਰਤਨ ਸੁਣ ਰਹੇ ਹਾਂ ਅਤੇ ਇਹ ਮੈਂ ਬੇਨਤੀ ਕਰਦਾ ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਅਤੇ ਮੰਗਵਾਇਓ ਅਗਾਂਹ ਵੰਡਣ ਵਾਸਤੇ ਕੋਈ ਬੱਚੇ ਦਾ ਜਨਮਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ ਨੰਬਰ ਤੁਹਾਡੇ ਟੀ ਵੀ ਸਕਰੀਨ ਦੇ ਉੱਤੇ ਆ ਰਿਹਾ 9879-0904 ਇਸ ਨੰਬਰ 'ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਅਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ ਜੀ ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ 'ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ 'ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ ਧੰਨਵਾਦ